ਕਤਲ ਦੀ ਵਾਰਦਾਤ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਦਾ ਮਾਹੌਲ ਹੈ। ਭਾਰਤ ਦੇ ਡਾਕਟਰਾਂ ਦੇ ਵੱਲੋਂ ਵੱਡੇ ਪੱਧਰ ਤੇ ਹੜਤਾਲ ਕੀਤੀ ਗਈ ਹੈ। ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਸੰਗਰੂਰ ਵਿਖੇ ਸਵੇਰੇ 2 ਘੰਟੇ ਦੇ ਲਈ ਪੂਰਨ ਰੂਪ ਦੇ ਵਿੱਚ ਡਾਕਟਰ ਅਤੇ ਬਾਕੀ ਸਟਾਫ ਦੇ ਵੱਲੋਂ ਹੜਤਾਲ ਕੀਤੀ ਗਈ ਅਤੇ ਬੀਤੀ ਸ਼ਾਮ ਨੂੰ ਸੰਗਰੂਰ ਦੇ ਵਿੱਚ ਕੈਂਡਲ ਮਾਰਚ ਵੀ ਕੱਢਿਆ ਗਿਆ। ਸੋ ਵੱਖ ਵੱਖ ਡਾਕਟਰਾਂ ਨੇ ਕੈਂਡਲ ਮਾਰਚ ਦੇ ਵਿੱਚ ਹਿੱਸਾ ਲਿਆ। ਪੱਛਮੀ ਬੰਗਾਲ ਵਿਖੇ ਡਾਕਟਰ ਦੇ ਨਾਲ ਹੋਏ ਹਾਦਸੇ ਦਾ ਮਾਮਲਾ, ਜਿੱਥੇ ਕਿ ਡਾਕਟਰਾਂ ਦੇ ਵੱਲੋਂ ਜਗ੍ਹਾ ਜਗ੍ਹਾ ਤੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਅਤੇ ਰੋਸ ਜਿਹੜਾ ਕਿ ਉਹ ਪ੍ਰਗਟ ਕੀਤਾ ਜਾ ਰਿਹਾ ਕਿ ਜਲਦ ਤੋਂ ਜਲਦ ਜਿਹੜੇ ਕਿ ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਹਨਾਂ ਇਹ ਤਾਂ ਬਹੁਤ ਛੋਟੇ ਮੈਟਰ ਲੱਗ ਰਹੇ ਨੇ ਇਸ ਮੈਟਰ ਅੱਗੇ, ਇਹ ਤਾਂ ਬਹੁਤ ਹੀ ਵੱਡਾ ਮੈਟਰ ਹੈ ਔਰ ਇਸ ਚੀਜ਼ ਨੂੰ ਸਿੰਸੀਅਰਲੀ ਲੈਣਾ ਚਾਹੀਦਾ ਸਰਕਾਰਾਂ ਨੂੰ, ਕੁਛ ਨਾ ਕੁਛ ਸਿਸਟਮ ਕਰਨਾ ਚਾਹੀਦਾ। ਡਾਕਟਰਸ ਨੇ ਜਿਹੜੇ ਦਿਨ ਦਾ ਡਿਊਟੀਆਂ ਕਰਦੇ ਆ ਉਹਨਾਂ ਦੀ ਸੇਫਟੀ ਲਈ, ਸਿਕਿਉਰਿਟੀ ਲਈ ਕੋਈ ਪ੍ਰੋਟੋਕੋਲ ਬਣਾਉਣਾ ਚਾਹੀਦਾ ਤਾਂ ਕਿ ਐਟਲੀਸਟ ਕੋਈ ਬੰਦਾ ਰਹੇ ਉਹਨੂੰ ਡਰ ਰਹੇ ਵੀ ਅਸੀਂ ਕਰ ਰਹੇ ਹਾਂ, ਅੱਗੇ ਤੋਂ ਅਸੀਂ ਕੋਈ ਵੀ ਕਾਰਵਾਈ ਕਰਦਾ ਅਗਲੇ ਨੂੰ ਡਰ ਰਹੇ ਵੀ ਸਾਨੂੰ ਸਜ਼ਾ ਮਿਲੇਗੀ, ਸਾਨੂੰ ਮੌਤ ਦੀ ਸਜ਼ਾ ਵੀ ਮਿਲ ਸਕਦੀ ਹੈ, ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਜਿਸ ਤਰੀਕੇ ਦਾ ਇੰਸੀਡੈਂਟ ਹੋਇਆ ਅੱਜ ਪੂਰੇ ਪੰਜਾਬ ਦੇ ਵਿੱਚ, ਇੱਕ ਤਾਂ ਅਪਡੇਟ ਲੈਣਾ ਚਾਹਾਂਗੇ ਕਿਵੇਂ ਦਾ ਤੁਹਾਡਾ ਪ੍ਰੋਟੈਸਟ ਰਿਹਾ ਪੂਰੇ ਭਾਰਤ ਦੇ ਵਿੱਚ ਅਤੇ ਘਟਨਾ ਨੂੰ ਕਿਵੇਂ ਦੇਖਦੇ? ਮੈਂ ਨਾ ਡਾਕਟਰ ਇੰਦਰਮਨਜੋਤ ਸਿੰਘ ਹਾਂ, ਪ੍ਰੈਜ਼ੀਡੈਂਟ ਹਾਂ PCMS ਐਸੋਸੀਏਸ਼ਨ ਦਾ। ਅਸੀਂ ਪਹਿਲਾਂ ਸੰਗਰੂਰ ਆਪਣੇ ਸਿਵਲ ਹੋਸਪਿਟਲ ਅਤੇ ਪੂਰੇ ਸਾਰੇ ਡਿਸਟ੍ਰਿਕਟ 'ਚ ਜਿੰਨੇ ਵੀ ਹੋਸਪਿਟਲ ਨੇ ਉਹ 'ਚ 2 ਘੰਟੇ OPD ਬੰਦ ਕੀਤੀ ਸੀ ਤਾਂ ਕਿ ਇੱਕ ਸਰਕਾਰ ਕਨੀ ਦਿਸ਼ਾ ਨਿਰਦੇਸ਼ ਚਲਾ ਜਾਵੇ ਕਿ ਅਸੀਂ ਹੋਰ ਟੋਲਰੇਟ ਨਹੀਂ ਕਰਨਾ। ਆਪਾਂ ਕਹਿ ਰਹੇ ਹਾਂ ਡਾਕਟਰ ਦਾ ਰੇਪ ਹੋਇਆ, ਡਾਕਟਰ ਨੇ ਇੱਕ ਧੀ ਦਾ ਰੇਪ ਹੋਇਆ, ਧੀ ਭੈਣਾਂ ਸਭ ਦੀ ਸਾਂਝੀਆਂ ਹੁੰਦੀਆਂ ਨੇ। ਆਪਣਾ ਜਿਹੜਾ ਦੇਸ਼ ਹੈ ਇਹ ਭਾਰਤ ਮਾਤਾ ਦੇ ਨਾਮ 'ਤੇ ਫੇਮਸ ਹੈ, ਆਪਾਂ ਕਿੰਨੇ ਦੇਵੀ ਦੇਵਤਿਆਂ ਨੂੰ ਮੰਨਦੇ ਹਾਂ, ਕੁੜੀਆਂ ਨੂੰ ਆਪਾਂ ਕਿੰਨੀ ਵਾਰੀ ਪੂਜਦੇ ਹਾਂ, ਪਰ ਜੇ ਉਹ ਧੀ ਦਾ ਇੱਜ਼ਤ ਹੀ ਨਹੀਂ ਬਚਾ ਸਕਦੇ ਤਾਂ ਫਿਰ ਇਹ ਤਾਂ ਭਾਰਤੀਆਂ ਵਾਸਤੇ ਬਹੁਤ ਹੀ ਜ਼ਿਆਦਾ ਸ਼ਰਮਨਾਕ ਗੱਲ ਹੈ ਅਤੇ ਪੰਜਾਬੀਆਂ ਵਾਸਤੇ ਖਾਸ ਕਰਕੇ। ਇਹ ਤਾਂ ਦਿਲ ਦਲਾਉਣ ਵਾਲੀ, ਡਰਾਉਣ ਵਾਲੀ ਗੱਲ ਹੈ। ਜਿਹੜੇ ਸਾਡੇ ਧੀਆਂ ਨੇ ਉਹ ਕੱਲ੍ਹ ਨੂੰ ਅਸੀਂ ਡਾਕਟਰ ਨਾ ਬਣਾਈਏ? ਜਿਹੜਾ ਸਭ ਤੋਂ ਵਧੀਆ ਪ੍ਰੋਫੈਸ਼ਨ ਹੈ ਉਹ ਡਾਕਟਰ ਹੀ ਮੰਨਿਆ ਜਾਂਦਾ। ਜਦੋਂ ਬੱਚਾ ਜੰਮਦਾ ਆਪਾਂ ਉਹਨੂੰ ਕਹਿੰਦੇ ਹਾਂ ਵੀ ਅਸੀਂ ਤੈਨੂੰ ਡਾਕਟਰ ਬਣਾਉਣਾ, ਸਾਡਾ ਬੱਚਾ ਡਾਕਟਰ ਬਣੂਗਾ, ਤਾਂ ਉਹ ਫਿਰ ਨਾ ਬਣਾਈਏ? ਨਾ ਉਹਨੂੰ ਅਸੀਂ ਦੇਸ਼ 'ਚ ਰੱਖੀਏ, ਬਾਹਰ ਭੇਜ ਦਈਏ? ਇੱਕ ਧੀ ਕਿਸਦੀ ਭੈਣ, ਉਹ ਮਾਂ ਪਿਓ 'ਤੇ ਕੀ ਗੁਜ਼ਰ ਰਹੀ ਹੋਏਗੀ? ਜਿਹੜੀ ਧੀ ਸੇਵਾ ਕਰਨ ਵਾਲੀ ਚਾਹੁੰਦੀ ਸੀ, ਧੀ PG ਕਰ ਰਹੀ ਸੀ, ਉਹਦੇ ਵਿਚਾਰੀ ਦਾ ਕੀ ਕਸੂਰ ਸੀ? ਅਤੇ ਇਹਦੇ ਵਿੱਚ ਦੁੱਖ ਦੀ ਗੱਲ ਇਹ ਹੈ, ਇੱਕ ਇਨਸਾਫ ਲੈਣ ਵਾਸਤੇ ਡਾਕਟਰ ਨੂੰ ਧਰਨੇ ਲਾਉਣੇ ਪੈਂਦੇ ਨੇ। ਧੀਆਂ ਭੈਣਾਂ ਸਭ ਦੀ ਸਾਂਝੀਆਂ ਹੁੰਦੀਆਂ ਨੇ, ਤਾਂ ਮੇਰੀ ਇਹ ਪੁਰਜ਼ੋਰ ਅਪੀਲ ਹੈ ਵੀ ਆਮ ਜਨਤਾ ਨੂੰ ਸਾਡੇ ਨਾਲ ਆ ਕੇ ਖੜਨਾ ਚਾਹੀਦਾ, ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ। ਇਹ ਧੀਆਂ ਭੈਣਾਂ ਦੀ ਜੇ ਇੱਜ਼ਤ ਪੈ ਗਈ ਤਾਂ ਸਾਡੀ ਇਹ ਭਾਰਤ ਮਾਤਾ ਦੇ ਨਾਮ 'ਤੇ ਕਲੰਕ ਹੈ ਇੱਕ।